ਜਿਹੜਾ ਬੋਰਡ ਆਫ ਡਾਕਟਰ ਬੈਠੇ ਨੇ, ਸੀਐਮਓ ਸਾਹਿਬ ਦੇ, ਜੱਜ ਸਾਹਿਬ ਦੇ, ਮੈਜਿਸਟਰੇਟ ਸਾਹਿਬ ਦੇ ਆਰਡਰਾਂ ਨਾਲ ਬੈਠੇ ਨੇ, ਉਹਦੇ ਵਿੱਚ ਜਿਹੜੀ ਇੱਕ ਸਰਪ੍ਰਾਈਜ਼ਿੰਗ ਫੈਕਟ ਸਾਹਮਣੇ ਆਇਆ, ਜਿਹੜੇ ਡਾਕਟਰਸ ਨੇ ਪਹਿਲਾਂ ਇਹਨਾਂ ਨੂੰ 12, 13 ਤੇ 14 ਨੇ ਮੈਡੀਕਲ ਐਗਜ਼ਾਮਿਨ ਕੀਤਾ, ਉਸ 5 ਡਾਕਟਰਸ ਦੀ ਜਿਹੜੀ ਬੋਰਡ ਆਫ ਡਾਕਟਰ ਖਿਆਲ ਹੈ, ਉਹਦੇ ਸਰਪ੍ਰਾਈਜ਼ਿੰਗ ਫੈਕਟ ਇਹ ਸਾਹਮਣੇ ਆਇਆ ਵੀ 2 ਡਾਕਟਰ ਉਹਦੇ ਵਿੱਚ ਮੈਂਬਰ ਨੇ ਉਹਦੇ ਬੋਰਡ ਆਫ ਡਾਕਟਰਸ ਜਿਹਨਾਂ ਨੇ ਪਹਿਲਾਂ ਕੀਤਾ। ਸੋ ਇਹ ਇੱਕ ਡਬਲ ਸਟੈਂਡਰਡ ਸਾਨੂੰ ਲੱਗਦਾ ਵੀ ਮੈਡੀਕਲ ਡਾਕਟਰਸ ਦੇ ਪਾਰਟ ਦੇ ਉੱਪਰ ਲੱਗਦਾ ਜੀ। ਸੋ ਮੈਨੂੰ ਇਹ ਸਾਨੂੰ ਇਹ ਲੱਗਦਾ ਵੀ ਪਹਿਲਾਂ ਉਹ ਕਲੀਨ ਚਿੱਟ ਦੇ ਰਹੇ ਨੇ 12, 13 ਤੇ 14 ਨੂੰ। 15 ਤਰੀਕ ਨੂੰ ਜਿਹੜਾ ਬੋਰਡ ਆਫ ਡਾਕਟਰਸ ਨੇ ਜਿਹੜਾ ਇਹਨਾਂ ਨੂੰ ਤੁਸੀਂ ਕਹੋ ਵੀ ਥਾਰੋ ਲਈ ਇਗਜ਼ਾਮਿਨ ਕੀਤਾ, ਮਨਿਊਟ ਨੇ ਕੀਤਾ, ਉਸ ਬੋਰਡ ਆਫ ਡਾਕਟਰਸ 2 ਜਿਹੜੇ ਡਾਕਟਰ ਸੀ ਉਹ ਪਹਿਲਾਂ ਵਾਲੀ ਡਾਕਟਰ ਸੀ। ਸੋ ਉਹਦੇ 'ਚ ਕਲੀਅਰ ਕੱਟ 6 ਜਣੀਆਂ ਨੇ ਇੰਜਰੀ ਜਿਹਨਾਂ ਦੀਆਂ ਵਿੱਚ ਆ। ਤੇ ਤੁਹਾਨੂੰ ਲੱਗਦਾ ਕਿ ਪੁਲਿਸ ਦੇ ਵਿੱਚ ਕਿਤੇ ਨਾ ਕਿਤੇ ਇਨਵੋਲਵ ਹੈ, ਇਸ ਤਰ੍ਹਾਂ ਦੀ ਜਿਹੜੇ ਨੈਗਲੈਂਸੀ ਸਾਹਮਣੇ ਆਈ ਹੈ ਕਿ ਪਹਿਲਾਂ ਕਲੀਨ ਚਿੱਟ ਦੇ ਸੀ, ਉਸ ਤੋਂ ਬਾਅਦ ਜਿਹੜਾ ਬੋਰਡ ਕੱਟਿਆ? ਦੇਖੋ ਮੈਂ ਇਸ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹੂੰਗਾ ਕਿ ਚਲੋ ਪੁਲਿਸ ਤਾਂ ਖੜੀ, ਸਾਨੂੰ ਇਹ ਵੀ ਲੱਗਦਾ ਵੀ ਜਿਹੜੇ ਡਾਕਟਰਸ ਨੇ, ਡਾਕਟਰ ਨੂੰ ਅਸੀਂ ਬੀਂਗ ਇਹ ਲਾਇਰਸ ਜਾਂ ਬੀਂਗ ਅਸੀਂ ਕਿਸੇ ਵੀ ਪ੍ਰੋਫੈਸ਼ਨ 'ਚ ਹੋਈਏ, ਸਾਡੇ ਵਾਸਤੇ ਉਹ ਰੱਬ ਵਰਗੇ ਲੋਕ ਨੇ। ਸੋ ਸਾਨੂੰ ਇਹ ਲੱਗ ਰਿਹਾ ਇਹਨਾਂ ਦੇ ਕੇਸ ਵਿੱਚ ਸਾਨੂੰ ਲੱਗ ਰਿਹਾ ਵੀ ਇਟਸ ਅ ਕਲੀਅਰ ਕੱਟ ਮੈਡੀਕਲ ਨੈਗਲੀਜੈਂਸ ਤੋਂ ਦੀ ਪਾਰਟ ਆਫ ਦੀ ਡਾਕਟਰ। ਇੱਕ ਸਰ ਚੀਜ਼ ਮੈਂ ਐਡ ਕਰਨੀ ਸ਼ੁਰੂ, 13 ਤਰੀਕ ਨੂੰ ਜਦੋਂ ਅਸੀਂ ਅੰਗੇਜ ਹੋਇਆ ਅਸੀਂ ਥਾਣੇ ਗਏ, ਮੈਂ ਥਾਣੇ ਗਏ, ਥਾਣੇ ਜਾ ਕੇ ਜਦੋਂ ਐਲੀ ਤੁਰ ਕੇ ਆ ਰਿਹਾ, ਬੀਇੰਗ ਏ ਲੋਇਰ, ਆਈ ਐਮ ਨੋਟ ਅ ਡਾਕਟਰ, ਹੈ ਨਾ, ਬੀਇੰਗ ਏ ਲੋਇਰ, ਮੈਂ ਦੇਖ ਲਿਆ ਕਿ ਇਹ ਲੱਗ ਰਿਹਾ ਕਿ ਇਹ ਸਟੇਟਮੈਂਟ ਦਾ ਇਹ ਹੋ ਸ਼ਿਕਾਰ ਹੋ। ਸੋ ਹੁਣ ਮੈਨੂੰ ਇਹ ਜੋ ਅਸੀਂ ਅੰਦਰ ਵੀ ਗੱਲ ਕੀਤੀ ਕਿ ਦੇਖੋ ਅਸੀਂ ਇੱਕ ਲੋਇਰ ਸੀਗੇ, ਨੈਕਸਟ ਡੇ ਅਸੀਂ ਐਪਲੀਕੇਸ਼ਨ ਮੂਵ ਕੀਤੀ ਫੋਰ ਕੌਂਸਟੀਟਿਊਟਿੰਗ ਦੀ ਬੋਰਡ ਆਫ ਡਾਕਟਰਸ ਕਿ ਇਹ ਇਲ ਟ੍ਰੀਟਮੈਂਟ ਜਿਹੜਾ ਇਹ ਹੋਇਆ ਇਨਹਿਊਮਨ ਟ੍ਰੀਟਮੈਂਟ। ਹੁਣ ਅੰਦਰ ਵੀ ਮੇਰੀ ਇਹੀ ਗੱਲ ਹੋ ਗਈ, ਕੋਈ ਉਹਨਾਂ ਦਾ SMO ਦਾ ਕੋਈ ਨੈਕਸਟ ਡਾਕਟਰ ਸੀਗੇ ਜਿਹਨਾਂ ਨਾਲ ਮੇਰੀ ਗੱਲ ਕੀਤੀ ਕਿ 12, 13, 14 ਨੂੰ ਜਦੋਂ ਡਾਕਟਰਸ ਕੋਲ ਆ ਰਹੇ ਨੇ, ਜਿਹੜੀ ਚੀਜ਼ ਇੱਕ ਲੋਇਰ ਨੂੰ ਦੇਖ ਰਹੀ ਹੈ ਉਹ ਡਾਕਟਰ ਨੂੰ ਦੇਖੋ ਸਭ ਤੋਂ ਪਹਿਲਾਂ ਦੇਖਣਾ ਚਾਹੀਦਾ ਸੀਗਾ ਕਿ ਇਹ ਜਿਹੜਾ ਜਿਹਦੇ ਕੋਲ ਤੁਰਿਆ ਨਹੀਂ ਜਾ ਰਿਹਾ, ਮੇ ਬੀ ਇੱਕ ਦਲਜੀਤ ਭਾਜੀ ਜਿਹੜੇ ਨੇ ਜਾਂ ਤੁਸੀਂ ਆਪਣੇ ਠਾਕੁਰ ਸਾਹਿਬ ਰਾਣੇ ਵੀ ਪੁੱਛਿਆ ਵੀ ਤੈਨੂੰ ਕੀ ਗੱਲ, ਨੂੰ ਤੁਰਿਆ ਨਹੀਂ ਤੇਰੇ ਕੋਲ ਜਾ ਰਿਹਾ, ਇੱਕ ਪੱਤਰਕਾਰ ਦੇਖ ਰਿਹਾ, ਇੱਕ ਲੋਇਰ ਦੇਖ ਰਿਹਾ, ਅਤੇ ਉਹ ਚੀਜ਼ ਜਿਹੜੀ ਹੈ ਡਾਕਟਰਸ ਨੂੰ ਜੋ ਕਲੀਅਰ ਕੱਟ ਜਿਹੜਾ ਉਹਨਾਂ ਦੀ ਜੋਬ ਇਹ ਹੈ। ਸੋ ਉਹਨਾਂ ਨੂੰ ਮੈਨੂੰ ਇਹ ਲੱਗਦਾ ਵੀ ਜਿਹੜੀ 12, 13 ਤੇ 14 ਨੂੰ ਉਹਨਾਂ ਨੇ ਕੀਤਾ ਉਹ ਰੂਟੀਨ ਚੈੱਕ ਮੈਨੂੰ ਲੱਗਦਾ ਵੀ ਮੈਡੀਕਲ ਉਹਨਾਂ ਨੇ ਕੀਤਾ ਕਿ ਆਇਆ ਜੀ ਬੈਠਾ ਇਹਦਾ BP ਚੈੱਕ ਕਰ ਲਓ। ਸੋ ਇਟਸ ਏ ਰੂਟੀਨ ਉਹਨਾਂ ਨੇ ਪ੍ਰੋਪਰਲੀ ਮੈਨੂੰ ਲੱਗਦਾ ਕਿ ਇਹਨੂੰ ਨਹੀਂ ਦੇਖਿਆ, ਅਰੈਸਟ ਕੀਤਾ ਗਿਆ ਸੀਗਾ ਜੀ। ਉਸ ਤੋਂ ਬਾਅਦ ਜਿਹੜਾ 8-8, 12-12 ਘੰਟੇ ਬਾਅਦ ਮੈਡੀਕਲ ਹੁੰਦਾ ਜੀ, ਉਹ ਮੈਡੀਕਲ ਜਿਨ੍ਹਾਂ ਨੇ ਕਰਿਆ ਸੀਗਾ ਡਾਕਟਰਸ ਨੇ ਉਹਨਾਂ ਦੇ ਖਿਲਾਫ਼ ਸ਼ਿਕਾਇਤ ਦਿੱਤੀ ਹੈ ਜੀ, ਕਿਉਂਕਿ ਜਿਹੜੀ ਉਹ 12, 13 ਤੇ 14 ਤਰੀਕ ਨੂੰ ਮੇਰਾ ਇੱਥੇ ਚੈੱਕਅਪ ਹੋਇਆ ਜੀ, ਉਹਦੇ 'ਚ ਕੋਈ ਵੀ ਇੰਜਰੀ ਸ਼ੋਅ ਨਹੀਂ ਸੀ ਹੋ ਰਹੀ, ਕਿਉਂਕਿ ਉਹ ਇੱਕ ਪਰਫੋਰਮਾ ਹੁੰਦਾ ਇਹਨਾਂ ਦਾ ਜਿਹੜਾ ਲਿਖਿਆ ਹੁੰਦਾ ਵਾ, ਮੈਨੂੰ ਵੀ ਕੋਈ ਵੀ ਇਹੋ ਜਿਹਾ ਸਵਾਲ ਨਹੀਂ ਪੁੱਛਿਆ ਗਿਆ ਜਿਹ 'ਚ ਮੈਂ ਖੁੱਲ੍ਹ ਕੇ ਦੱਸ ਦਿੰਦਾ ਕਿ ਭਾਈ ਮੇਰਾ ਫੋਟੋ ਪਈ ਆ। ਬਟ ਜਿਹੜਾ 15 ਤਰੀਕ ਨੂੰ ਸਾਡਾ ਵਕੀਲ ਸਾਹਿਬ ਉਹਨਾਂ ਨੇ ਬੋਰਡ ਆਫ ਡਾਕਟਰਸ ਬਿਠਾ ਕੇ ਮੈਡੀਕਲ ਕਰਾਇਆ ਸੀ, ਉਹਦੇ ਵਿੱਚ 6 ਇੰਜਰੀ ਚਾਹੀਦੀ, ਉਹਦੇ ਖਿਲਾਫ਼ ਅਸੀਂ ਇੱਥੇ ਰਿਪੋਰਟ ਦੇਣ ਆਇਆ ਜਾਂ ਐਪਲੀਕੇਸ਼ਨ ਦੇਣ ਆਇਆ ਕਿ ਭਾਈ ਗਾਂਹ ਨੂੰ ਜੇ ਕਿਸੇ ਦਾ ਵੀ, ਮੈਂ ਨਹੀਂ ਇਹ ਕਹਿੰਦਾ ਕਿ ਮੈਂ ਲੀ ਮੰਗਦਾ ਤਾਂ ਕਰਕੇ, ਕੋਈ ਵੀ ਨੋਰਮਲ ਇਨਸਾਨ ਆ ਉਹਨੂੰ ਜੇ ਪੁਲਿਸ ਲੈ ਕੇ ਵੀ ਆਉਂਦੀ ਆ, ਸੋ ਉਹਦਾ ਪੂਰਾ ਪ੍ਰੋਪਰ ਤਰੀਕੇ ਨਾਲ ਮੈਡੀਕਲ ਹੋਵੇ। ਜੇ ਇੱਥੇ ਲੈ ਕੇ ਆਉਂਦੇ ਨੇ ਉਹ ਜਿਹੜਾ ਵੀ 12 ਘੰਟੇ ਬਾਅਦ ਰਿਮਾਂਡ ਤੋਂ ਬਾਅਦ ਜਾਂ ਰਿਮਾਂਡ ਤੋਂ ਪਹਿਲਾਂ ਲੈ ਕੇ ਆਉਂਦੇ ਮੈਡੀਕਲ ਲਈ ਪੁਲਿਸ, ਕਿਉਂਕਿ ਜਦੋਂ ਅਸੀਂ ਵੀ ਆਏ ਸੀਗੇ ਸਾਨੂੰ ਤਾਂ ਸਿਰਫ ਇੰਨਾ ਪੁੱਛਿਆ ਗਿਆ ਤੁਸੀਂ ਕੋਈ ਦਵਾਈ ਖਾਂਦੇ ਹੋ? ਨਹੀਂ ਜੀ। ਤੁਸੀਂ, ਤੁਹਾਨੂੰ ਕੋਈ ਪ੍ਰੋਬਲਮ ਆ? ਨਹੀਂ ਜੀ। ਜੇ ਸਾਨੂੰ ਇਹ ਕੁਐਸਚਨ ਪੁੱਟ ਕਰਦੇ ਡਾਕਟਰਸ ਕਿ ਤੁਹਾਨੂੰ ਪੁਲਿਸ ਨੇ ਕੁੱਟਿਆ ਤਾਂ ਅਸੀਂ ਉਹਦਾ ਜ਼ਰੂਰ ਜਵਾਬ ਦਿੰਦੇ ਇੱਥੇ, ਕਿਉਂਕਿ ਜਿਵੇਂ ਤੁਸੀਂ ਭਾਜੀ ਪੁੱਛਿਆ ਸੀਗਾ ਕਿ ਲੰਗੜਾ ਕੇ ਕਿਉਂ ਚੱਲ ਰਹੇ ਹੋ, ਤੁਸੀਂ ਨਹੀਂ ਦੱਸਿਆ ਉਹਨਾਂ ਡਾਕਟਰ ਨੂੰ ਵੀ ਮੈਨੂੰ ਟਾਰਚਰ ਕੀਤਾ? ਸਰ ਮੈਂ ਕਿਹੜਾ ਇੱਥੇ ਤੁਰਿਆ ਫਿਰਦਾ ਜੀ, ਜਾਂ ਮੇਰੇ ਤੇ ਅੱਗੇ ਕਦੇ ਕੋਈ ਏਦਾਂ ਦਾ ਐਲੀਗੇਸ਼ਨ ਲੱਗਿਆ ਜਾਂ ਮੈਨੂੰ ਪ੍ਰੋਪਰ ਮੈਟਰ ਪਤਾ ਹੋਵੇ? ਨਹੀਂ, ਪੰਜਾਬ ਦੇ ਮਾਹੌਲ ਬਾਰੇ ਜਾਣੂ ਹੋਵੋਗੇ, ਇੱਥੇ ਤਾਂ ਪੁਲਿਸ ਐਨਕਾਊਂਟਰ ਵੀ ਹੁੰਦੇ ਰਹੇ ਨੇ, ਨਜਾਇਜ਼ ਮੁੰਡਿਆਂ ਨੂੰ ਮਾਰਦੇ ਰਹੇ ਨੇ, ਕੁੱਟਦੇ ਰਹੇ ਨੇ, ਕਿੰਨੀਆਂ ਖਬਰਾਂ ਆਉਂਦੀਆਂ ਨੇ ਕਿ ਪੁਲਿਸ ਨਜਾਇਜ਼ ਕਰਦੀ ਹੈ। ਪਰ ਸਰ ਇੱਥੇ ਜਿਹੜਾ ਸਿਸਟਮ ਸੀਗਾ ਉਹ ਐਂ, ਸਾਡੇ ਨਾਲ 8-10 ਪੁਲਿਸ ਮੁਲਾਜ਼ਮ ਆਉਂਦੇ ਸੀਗੇ ਜੀ, ਉਹ ਆ ਕੇ ਬਸ ਸਾਡੇ ਸਹਿਣ ਹੀ ਹੋਏ ਆ, ਤੁਹਾਨੂੰ ਬੇਸਿਕਲੀ ਦੱਸੀਏ, ਸਾਨੂੰ ਕੋਈ, ਸਾਨੂੰ ਹੁਣ ਇਹ ਚੀਜ਼ ਬਾਰੇ ਪਤਾ ਹੀ ਨਹੀਂ, ਜਾਂ ਤਾਂ ਉਹ ਜਿਵੇਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਇੱਥੇ ਰਹਿੰਦੇ ਹੋ ਸਰ, ਤੁਹਾਨੂੰ ਇਹ ਚੀਜ਼ਾਂ ਦੀ ਨੌਲੇਜ ਆ, ਸਾਨੂੰ ਇਹ ਚੀਜ਼ਾਂ ਦੀ ਨੌਲੇਜ ਨਹੀਂ। ਇੱਥੇ ਸਾਨੂੰ ਤਾਂ ਐਂ ਕਹਿੰਦੇ ਸੀਗੇ ਤੇਰਾ ਇੱਕ ਮੈਡੀਕਲ ਚੈੱਕਅਪ ਕਰਾਉਣ ਜਾਣਾ ਕਿ ਤੈਨੂੰ ਕੋਈ ਪ੍ਰੋਬਲਮ ਤਾਂ ਨਹੀਂ ਜਾਂ ਕੋਈ ਵੀ ਬਿਮਾਰੀ ਤਾਂ ਨਹੀਂ ਹੈਗੀ।